जालंधर की गोराया तहसील के गांव जिंद में दिन दिहाड़े मोटरसाइकिल सवार हमलावरों ने घर के बाहर बैठे एक व्यक्ति पर तेज धार हथियारों से हमला कर उसे बुरी तरह जख्मी कर दिया। ये पूरी वारदात सीसीटीवी में कैद हो गई। हमले में घायल हुए जसवीर सिंह ने बताया कि उनका एक 21 वर्षीय बेटा है जो 10 जुलाई से घर से लापता है, तो वही फिल्लौर के गांव की एक लड़की अपना घर छोड़ के चली गई है। लड़की के परिवार का आरोप है लड़का और लड़की साथ साथ निकले हैं। इस संबंध में फिल्लौर पुलिस ने उनके बेटे के खिलाफ मामला दर्ज किया है और उनसे पूछताछ भी की है। जसवीर सिंह ने बताया कि वे पुलिस को पूरा सहयोग दे रहे हैं, लेकिन इसके बावजूद लड़की का भाई उनके घर आया और पहले उनकी पत्नी व परिवार को धमकाया और अगले दिन वे अपने साथी के साथ बुलेट मोटरसाइकिल पर सवार होकर उन पर तेज धार हथियारों से हमला कर दिया। घटना की सूचना पाकर गांव पहुंचे एसएसआई लविंदर सिंह वे एसएसआई चरणजीत सिंह ने घायल जसवीर सिंह के बयान के आधार पर जगजीत सिंह जग्गा वे उसके साथी के खिलाफ विभिन्न धाराओं में मुकदमा दर्ज कर लिया है और पुलिस आरोपी की तलाश कर रही है। ਕੀ ਇਹ ਮਾਮਲਾ ਕੀ ਹੈ ਜੀ ਸਾਰਾ ਜਿਹੜਾ ਤੁਹਾਡੇ ਆ ਸੱਟਾਂ ਲੱਗੀਆਂ ਮਾਮਲਾ ਜੀ ਇਹ ਆ ਸਾਡਾ ਨਾ ਕਾਕਾ ਤਾਂ ਕੁੜੀ ਭੈਣੀ ਦੀ ਤਾਂ ਉਹ ਚੱਲ ਗਏ ਦੋਨੇ ਜਾਣੇ ਅਸੀਂ ਉਹਨੀ ਪਰਚਾ ਕਰਤਾ ਕਾਕੇ ਤੇ ਉਦਣ ਦੇ ਅਸੀਂ ਵੀ ਲੱਗਿਆ ਉਹਨੀ ਵੀ ਲੱਗਿਆ ਨਹੀਂ ਲੱਗਿਆ ਸਾਨੂੰ ਠੀਕ ਨਹੀਂ ਤਾਂ ਉਹ ਉਲਟਾ ਹੁਣ ਕੱਲ੍ਹ ਵੀ ਧਮਕੀ ਸਾਡੇ ਘਰ ਦੇ ਕੇ ਗਏ ਆ ਕੌਣ ਜੀ ਉਹਦਾ ਭਰਾ ਕੁੜੀ ਦਾ ਦੋਸਤ ਪਿੰਡੇ ਸਾਡੇ ਜੀ ਘਰ ਦੇ ਮੋਹਰੇ ਸਾਡੇ ਘਰ ਦੇ ਮੋਹਰੇ ਰਿਕਾਰਡਿੰਗ ਦੂਜਾ ਉਹਨਾਂ ਦਾ ਮੋਟਰਸਾਈਕਲ ਵੀ ਆਇਆ ਉਹ ਵੀ ਆਏ ਦੋਨੇ ਕੱਲ ਦਾ ਵੀ ਆਇਆ ਅੱਜ ਦਾ ਵੀ ਆਇਆ ਠੀਕ ਨੀ ਮੁੰਡਾ ਕੁੜੀ ਤਾਂ ਉਨੀ ਕਿਤੇ ਲੁਕੋਏ ਆ ਕੁਛ ਨਾ ਕੁਛ ਉਨੀ ਕੀਤਾ ਆ ਉਹਨਾਂ ਨੂੰ ਪਤਾ ਮੁੰਡੇ ਕੁੜੀ ਦਾ ਸਾਡੇ ਤਾਂ ਐਵੇਂ ਹੁਣ ਉਹ ਜ਼ਬਰਦਸਤੀ ਕਰ ਰਹੇ ਸਨ ਜ਼ਬਰਦਸਤੀ ਕਰ ਰਹੇ ਸਨ ਹੁਣ ਕੀ ਮੰਗ ਕੀ ਕਰਦੇ ਮੰਗ ਤਾਂ ਇਹੀ ਕਰਦੇ ਆ ਧੱਕਾ ਹੋ ਰਿਹਾ ਸਾਨੂੰ ਤਾਂ ਇਹ ਦੋਨੇ ਹੀ ਆ ਘਰ ਕੋਈ ਸਾਡੇ ਹੈ ਨਹੀਂ ਤੇ ਧੱਕਾ ਕਰ ਰਹੇ ਮੰਗ ਤਾਂ ਇਹ ਸ਼ਾਸਨ ਤੋਂ ਕਰ ਰਹੇ ਆ ਤਾਂ ਸਾਡਾ ਕੋਈ ਨਾ ਕੋਈ ਸੋਚਣ ਸਾਰੇ ਸਾਡੇ ਬਾਰੇ ਹਾਂਜੀ ਕੀ ਨਾਂ ਜੀ ਤੁਹਾਡਾ ਮੇਰਾ ਕੁਲਵੰਤ ਕੌਰ ਜੀ ਕਿਹੜਾ ਪਿੰਡ ਹੈ ਜੀ ਜੰਡ ਕੀ ਮਾਮਲਾ ਕੀ ਹੈ ਹਸਪੀਟਲ ਦੇ ਵਿੱਚ ਕੌਣ ਐਡਮਿਟ ਹੈ ਇੱਥੇ ਇਹ ਮੇਰਾ ਘਰ ਵਾਲਾ ਹੈ ਜੀ ਹਾਂਜੀ ਮੇਰਾ ਮੁੰਡਾ ਸੀਗਾ 10 ਤਰੀਕ ਨੂੰ ਘਰੋਂ ਗਿਆ ਆ ਹਾਂਜੀ ਤੇ ਉਹ ਨਹੀਂ ਮੁੜ ਕੇ ਆਇਆ ਇਹਨਾਂ ਨੂੰ ਫੋਨ ਆਇਆ ਆ ਇਹਨਾਂ ਨੂੰ ਕਹਿੰਦੇ ਪਏ ਸਾਡੀ ਕੁੜੀ ਲੈ ਕੇ ਭੱਜ ਗਿਆ ਉਦਣ ਦੇ ਅਸੀਂ ਲੱਭਣ ਡਏ ਆ ਸਾਡੇ ਇਹਨਾਂ ਨੇ ਪਰੇਸ਼ਾਨ ਕੀਤਾ ਪਿਆ ਨਾਲੇ ਸਾਡੇ ਤੇ ਪਰਚਾ ਦਰਜ ਕੀਤਾ ਪਿਆ ਮੁੰਡੇ ਤੇ ਅਸੀਂ ਕਿਹਾ ਟੋਲ ਲਓ ਤੁਸੀਂ ਜਿੱਥੇ ਵੀ ਟੋਲ ਸਕਦੇ ਆ ਹੈਗੇ ਨੀ ਅਸੀਂ ਵੀ ਟੋਲਦੇ ਆ ਅਸੀਂ ਵੀ ਜਾ ਕੇ ਟੋਲ ਤੇ ਪਏ ਆ ਹੈਗੇ ਨੀ ਹਾਂਜੀ ਹੁਣ ਘਰ ਮੈਨੂੰ ਧਮਕੀਆਂ ਦੇਣ ਕੱਲ ਆਏ ਮੁੰਡੇ ਲੈ ਕੇ ਹਾਂਜੀ ਮੈਂ ਤਾਂ ਆਪਣੀ ਮਸੀ ਜਾਨ ਬਚਾਈ ਅੱਜ ਫੇਰ ਸਵੇਰੇ ਇਹ ਬਾਹਰ ਬੈਠੇ ਸੀਗੇ ਘਰਾਂ ਮੋਹਰੇ ਹੀ ਆ ਕੇ ਤਾਂ ਬੰਦੇ ਨਾਲ ਲਿਆ ਕੇ ਦਾਤ ਦੂਤ ਮਾਰ ਕੇ ਚੱਲ ਗਏ ਇਹਨਾਂ ਦੇ ਤੁਸੀਂ ਹੁਣ ਇੱਥੇ ਹਸਪੀਟਲ ਦਾਖਲ ਹੈ ਤੁਸੀਂ ਕਿੱਥੇ ਸੀਗੇ ਉਦੋਂ ਹਾਂਜੀ ਤੁਸੀਂ ਘਰ ਸੀਗੇ ਕਿਰਪਾਨ ਤੁਹਾਡਾ ਮੁੰਡਾ ਜਦ ਤੱਕ ਗਿਆ ਤੁਹਾਡੇ ਨਾਲ ਕੋਈ ਸੰਪਰਕ ਹੋਇਆ ਉਹਦਾ ਨਹੀਂ ਜੀ ਕੋਈ ਉੱਤੇ ਮਾਮਲਾ ਵੀ ਦਰਜ ਹੋਇਆ ਮੁੰਡੇ ਦੇ ਫਿਰ ਇਹਨਾਂ ਨੇ ਕੀਤਾ ਸੀਗਾ ਹੁਣ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਨਹੀਂ ਸਾਡਾ ਤਾਂ ਮੁੰਡਾ ਵੀ ਘਰੋਂ ਗਿਆ ਆ ਤਾਂ ਸਾਨੂੰ ਵੀ ਹੁਣ ਪਰੇਸ਼ਾਨ ਕੀਤਾ ਪਿਆ ਸਿਆਣਿਆਂ ਨੂੰ ਦੋਨਾਂ ਨੂੰ
ਸਾਡੇ ਘਰ 'ਚ ਹੋਰ ਕੋਈ ਹੈ ਨਹੀਂ, ਅਸੀਂ ਦੋ ਹੀ ਜਾਣੇ। ਮੁੰਡਾ ਇਕੱਲਾ ਇਕੱਲਾ ਤੁਹਾਡਾ? ਹਾਂਜੀ। ਕਿੰਨੀ ਕੁ ਉਮਰ ਹੈ ਮੁੰਡੇ ਦੀ? 21 ਸਾਲ ਦਾ ਜੀ।